ਵਿਅਕਤੀ ਨਹੀਂ ਕਿ ਮੈਂ ਸਮਝਾ ਸਕਾਂ ਕਿ ਅਦਾਕਾਰੀ ਕੀ ਹੈ, ਬਟ ਮੈਂ ਉਹਨਾਂ ਨੂੰ ਇੱਕੋ ਗੱਲ ਆਖੀ ਕਿ ਜਿਹੜਾ ਬੰਦਾ ਫਿਲਮ 'ਚ ਜਾਂ ਮੁੰਡਾ ਕੰਮ ਕਰਦਾ ਉਹ ਫਲੈਟ ਫੇਸ ਹੋ ਕੇ ਲੱਗ ਜਾਂਦਾ, ਉਹਦੀ ਕੋਈ ਪ੍ਰੋਬਲਮ ਨਹੀਂ, ਅਤੇ ਜਿੰਨਾ ਉਹ ਘੱਟ ਐਕਸਪ੍ਰੈਸ਼ਨ ਦਊਗਾ ਚੰਗਾ ਲੱਗਦਾ ਸਕਰੀਨ 'ਤੇ, ਬਟ ਕੁੜੀਆਂ ਨੂੰ ਦੇਣੇ ਪੈਂਦੇ। ਤੁਸੀਂ ਆਪਣੇ ਆਪਣੇ ਇਹਨਾਂ ਚੀਜ਼ਾਂ 'ਤੇ ਧਿਆਨ ਰੱਖਣਾ, ਡਾਇਲੋਗ ਗਲਤ ਹੁੰਦਾ ਕੋਈ ਗੱਲ ਨਹੀਂ, ਉਹਨੂੰ ਬੋਲ ਦੇਣਾ ਫਲੋ 'ਚ, ਕਿਉਂਕਿ ਡਬਿੰਗ ਥੋੜ੍ਹੀ ਜਿਹੀ ਡਿਫਰੈਂਟ ਹੁੰਦੀ ਹੈ। ਤੁਹਾਨੂੰ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿੰਦਾ, ਜਦੋਂ ਕਿਸੇ ਵੀ ਵਰਡ 'ਚ ਲਿਪਸਿੰਗ ਮਿਲਦੀ ਹੈ, ਜਿੱਦਾਂ ਆਪਾਂ ਕਹਿੰਦੇ ਓਏ ਓਏ ਮਤਲਬ ਮੂੰਹ ਖੁੱਲ੍ਹਾ, ਕਿਆ ਇਹ ਵੀ ਮੂੰਹ ਖੁੱਲ੍ਹਾ, ਹੈਲੋ ਇਹ ਵੀ ਮੂੰਹ ਖੁੱਲ੍ਹਾ, ਹੋਰ ਤੁਸੀਂ ਇਹਦੀ ਡਬਿੰਗ ਜਿਹੜੀ ਮਰਜ਼ੀ ਕਰ ਲਓ, ਕਿਆ ਕਹਿ ਲਓ, ਓਏ ਕਹਿ ਲਓ, ਹੈਲੋ ਕਹਿ ਲਓ, ਉਹ ਅੰਦਰ ਹੈ। ਸੋ ਮੈਂ ਇਹਨੂੰ ਕਿਹਾ ਸੀ ਕਿ ਲਾਈਨਾਂ ਦੀ ਨਹੀਂ ਟੈਨਸ਼ਨ ਲੈਣੀ, ਬਸ ਤੁਸੀਂ ਆਪਣੀ ਅਦਾਕਾਰੀ ਵੱਲ ਧਿਆਨ ਦਿਓ ਕਿ ਤੁਸੀਂ ਕੀ ਇਹਨੂੰ ਡਾਇਲਾਗ ਨੂੰ ਬੋਲ ਪਾ ਰਹੇ ਹੋ ਜਿੱਦਾਂ ਇਹ ਚਾਹੁੰਦਾ।